ਭਾਈ ਗੱਲ ਕੀ ਹੋਈ ਆ? ਦੱਸਦੀ ਆ ਗੱਲ। ਹਾਂਜੀ ਦੱਸਦੀ ਆ। ਅੱਜ ਹੀ ਮੇਰੀ ਵੀਕਲੀ ਰੈਸਟ ਸੀਗੀ, ਠੀਕ ਹੈ। ਮੈਂ ਥਾਣਾ ਮੋਲ ਟਾਊਨ ਚ ਲੱਗੀ ਹੋਈ ਆ। ਮੋਲ ਟਾਊਨ ਲੁਧਿਆਣਾ? ਲੁਧਿਆਣਾ, ਠੀਕ ਹੈ। ਸੀਸੀਟੀਐਨ ਸਪੋਰਟਰ ਐਜ਼ ਅ ਵਰਕ ਕਰਦੀ ਆ। ਓਕੇ ਜੀ। ਮੇਰਾ 4 ਸਾਲ ਦਾ ਬੇਟਾ ਹੈ। 2012 ਚ ਮੇਰੀ ਇਹਨਾਂ ਨਾਲ ਮੈਰਿਜ ਹੋਈ ਹੈ। ਓਕੇ ਜੀ, ਠੀਕ ਹੈ। ਹਾਂਜੀ। ਅਸੀਂ ਅੱਜ ਸ਼ਾਮ ਨੂੰ ਮੇਰੀ ਮਦਰ ਇਨ ਲਾ ਨੂੰ ਬੇਟੇ ਨੂੰ ਛੱਡ ਕੇ ਅਸੀਂ ਘਰ ਆ ਰਹੇ ਸੀਗੇ। ਟਾਈਮ ਹੋ ਗਿਆ ਸੀਗਾ 9:30 ਦਾ ਜੀ। ਮੈਂ ਇਹਨਾਂ ਨੂੰ ਕਿਹਾ ਰੋਟੀ ਨਹੀਂ ਬਣਾਣੀ ਹੈਗੀ। ਹਾਂਜੀ। ਵੀ ਇੱਥੇ ਦੇਖ ਲਓ, ਹਾਈਵੇ ਤੇ ਮੋਸਟਲੀ ਕਈ ਢਾਬੇ ਖੁੱਲੇ ਹੋਏ ਨੇ, ਤੁਹਾਨੂੰ ਪਤਾ ਹੋਣਾ। ਬਿਲਕੁਲ ਜੀ। 2-4 ਖੁੱਲੇ ਹੋਏ ਨੇ, ਮੈਂ ਉੱਥੇ ਹੀ ਆਈ ਆ, ਠੀਕ ਹੈ। ਅਤੇ ਕਹਿੰਦੇ ਵੀ ਇੱਧਰ ਨੂੰ ਆਪਾਂ ਹੁਸ਼ਿਆਰਪੁਰ ਦਾ ਰੋਡ ਆ, ਜੇ ਇੱਥੋਂ ਕੋਈ ਮਿਲ ਜਾਂਦਾ ਵਾ ਤੇ ਆਪਾਂ ਇੱਥੇ ਸਬਜ਼ੀ ਜਾਂ ਰੋਟੀ ਲੈ ਕੇ ਘਰ ਜਾ ਕੇ ਖਾ ਲਓ। ਜਿਸ ਮਾਰਨਿੰਗ ਮੇਰੀ ਸ਼ਿਫਟ ਹੈਗੀ ਆ। ਓਕੇ ਜੀ। ਇੰਨੀ ਗੱਲ ਹੋਈ ਆ, ਅਸੀਂ ਟਰਨ ਕੀਤਾ, ਇਹਨਾਂ ਨੇ ਰੋਕਿਆ ਸਾਨੂੰ, ਠੀਕ ਹੈ। ਆ ਗੱਡੀ ਵੀ ਖੜੀ ਕੀਤੀ, ਉਹ ਮੇਰੀ ਗੱਡੀ ਉਹ ਖੜੀ ਪਿੱਛੇ, ਠੀਕ ਹੈ। ਇਹਨਾਂ ਨੇ ਰੋਕਿਆ ਸਰ ਨੇ, ਇਹ ਰੁਕੇ। ਦੇਖੋ ਐਜ਼ ਅ ਵਾਈਫ ਇਹਨਾਂ ਨੂੰ ਮੈਨੂੰ ਕਿਹਾ ਤੁਸੀਂ ਅੰਤੂ ਅੰਦਰ ਬਹਿ ਜਾ, ਮੈਂ ਗੱਲ ਕਰ ਲੈਣਾ ਵਾ, ਠੀਕ ਹੈ ਜੀ। ਸ਼ਾਇਦ ਇਹਨਾਂ ਨੂੰ ਮਿਸ ਗਲਤੀ ਹੋਈ ਕਿ ਅਸੀਂ ਦੋਨੇ ਗਰਲਫ੍ਰੈਂਡ ਬੁਆਏਫ੍ਰੈਂਡ ਆ। ਅੱਛਾ ਜੀ। ਜੋ ਸੱਚਾਈ ਮੈਂ ਉਹ ਦੱਸੂਗੀ, ਠੀਕ ਹੈ ਜੀ। ਇਹਨਾਂ ਨੇ ਰੋਕਿਆ ਉੱਥੇ ਪਿੱਛੇ ਖੜ ਕੇ, ਆ ਜਿਹੜੇ ਸਰ ਨੇ ਚੌਂਕੀ ਇੰਚਾਰਜ ਨੇ, ਮੈਨੂੰ ਨਹੀਂ ਪਤਾ ਕੌਣ ਨੇ ਸਰ, ਮੈਨੂੰ ਨਾਮ ਵੀ ਇਹਨਾਂ ਦਾ ਪਤਾ ਨਹੀਂ। ਅੱਛਾ ਜੀ। ਇਹਨਾਂ ਨੇ ਇਹਨਾਂ ਨੂੰ ਸਿੱਧਾ ਤੂੰ ਤੜਾ, ਬਾਕੀ ਸਰ ਨੇ ਕਿਸੇ ਨੇ ਕੁਛ ਨਹੀਂ ਕਿਹਾ ਹੈਗਾ। ਪਿੱਛੇ 2 ਸਰ ਨੇ, ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਹੈਗੀ। ਸਿਰਫ ਆ ਸਰ ਆਏ, ਇਹਨਾਂ ਨੇ ਚੱਕ ਕੇ ਇਹਨਾਂ ਨੂੰ ਥੱਪੜ ਮਾਰਿਆ। ਮੈਂ ਇਦਾਂ ਵਿੱਚ ਆਈ, ਦੇਖੋ ਥੱਪੜ ਮਾਰਿਆ, ਠੀਕ ਹੈ। ਨਾ ਤਾਂ ਇਹ ਡ੍ਰਿੰਕ ਕਰਦੇ ਆ, ਸਪੋਰਟਸਮੈਨ ਨੇ। ਅੱਛਾ ਜੀ। ਇੰਟਰਨੈਸ਼ਨਲ ਲੈਵਲ ਦੇ ਪਲੇਅਰ ਨੇ, ਮੈਂ ਖੁਦ ਇੰਟਰਨੈਸ਼ਨਲ ਲੈਵਲ ਦੀ ਪਲੇਅਰ ਆ। ਕਾਹਦੇ ਪਲੇਅਰ ਹੋ ਤੁਸੀਂ? ਬਾਕਸਿੰਗ ਦੇ। ਬਾਕਸਿੰਗ ਦੇ, ਠੀਕ ਹੈ। ਇਹ ਖੁਦ ਆਏ ਇੱਥੇ, ਇਹਨਾਂ ਨੇ ਥੱਪੜ ਮਾਰਿਆ, ਉਹ ਬਾਜ ਨੂੰ ਚੱਕ ਕੇ ਡੰਡਾ ਮਾਰਿਆ, ਫਿਰ ਮੇਰੇ ਹਸਬੰਡ ਇੱਥੋਂ ਭੱਜੇਗਾ। ਇਹਨਾਂ ਨੇ ਇੱਥੇ ਮੇਰੇ ਗਿੱਟ ਤੇ ਮਾਰੀ, ਆ ਦੇਖ ਲਓ, ਮੈਂ ਦਿਖਾ ਦੂੰਗੀ, ਆ ਦੇਖ ਲਓ, ਮੇਰੇ ਮਾਰੀ, ਇਹਨਾਂ ਡੰਡੇ ਮਾਰੇ। ਜਦ ਇੱਕ ਮੁਲਾਜ਼ਮ ਵਿੱਚ ਸਰ ਰਿਕੁਐਸਟ ਕਰਨੀ, ਚੀਕਾਂ ਹੀ ਮਾਰ ਸਕਦੀ, ਮੈਂ ਕੁਛ ਨਹੀਂ ਕਰ ਸਕਦੀ। ਉਹ ਵੀ ਮੇਰੇ ਮੁਲਾਜ਼ਮ ਨੇ, ਮੈਂ ਵੀ ਉਹਨਾਂ ਦੇ ਡਿਪਾਰਟਮੈਂਟ ਦਾ ਇੱਕ ਹਿੱਸਾ ਵਾਂ, ਪਰ ਕਮ ਸੇ ਕਮ ਪੂਰੀ ਗੱਲ ਤਾਂ ਸੁਣ ਲਓ। ਇਹ ਥੋੜਾ ਮਤਲਬ ਕਿ ਤੁਸੀਂ ਮਾਰਨਾ ਸ਼ੁਰੂ ਕਰਤਾ, ਠੀਕ ਹੈ ਜੀ। ਮੰਨ ਮੈਂ 1% ਇਹਨਾਂ ਦੀ ਕਹਿ ਦਿੰਦੀ, ਇਹਨਾਂ ਦੀ ਗਲਤੀ ਆ, ਠੀਕ ਹੈ। ਮੈਂ ਹੱਥ ਜੋੜ ਤੇ ਸਰ ਜੋ ਵੀ ਹੈ ਤੁਸੀਂ ਗੱਲ ਕਰੋ, ਬਟ ਉਸ ਵਕਤ ਸਰ ਨੇ ਵੀ ਡ੍ਰਿੰਕ ਕੀਤੀ ਹੋਈ ਆ। ਇਹਨਾਂ ਦਾ ਮੁਲਾਜ਼ਾ ਕਰਾ ਲਓ ਤੇ ਉਹਨਾਂ ਦਾ ਮੁਲਾਜ਼ਾ ਕਰਾ ਲਓ, ਬਸ ਗੱਲ ਮੈਂ ਇੰਨੀ ਗੱਲ ਕਹੂੰਗੀ ਭਾਜੀ। ਕੋਈ ਗੱਲ ਨਹੀਂ ਸੀਗੀ, ਇਹਨਾਂ ਨੇ ਗੱਡੀ ਦੀ ਚਾਬੀ ਕੱਢ ਲਈ, ਵੈਰੀਫਾਈ ਕਰ ਰਹੇ ਸੀ ਕਿ ਨਹੀਂ। ਮੈਂ ਆ ਬਿਨਾਂ ਗੱਲ ਤੇ ਤੁਹਾਨੂੰ ਮਾਰਨਾ ਸ਼ੁਰੂ ਕਰਤਾ ਨਾ, ਗੱਲ ਕੀ ਹੋਈ? ਇਹਨਾਂ ਦੋਨਾਂ ਦੀ ਆਪਸ 'ਚ ਗੱਲ ਹੋਈ ਆ ਸਰ। ਕੀ ਗੱਲਬਾਤ ਹੋਈ ਜੀ? ਸਰ ਜੀ ਮੇਰੀ ਗੱਲ ਸੁਣੋ, ਮੈਨੂੰ ਸਰ ਕਹਿੰਦੇ ਵੀ ਇਦਾਂ ਕਿਦਾਂ ਖੜਤਾ, ਮੈਂ ਹੁਣ ਮੈਂ ਨਾ ਬਾਹਰ ਨਿਕਲਿਆ ਬੈਲਟ ਨੂੰ, ਮੈਂ ਐ ਕੀਤਾ, ਬਸ ਕਹਿੰਦਾ ਤੂੰ ਐ ਕਰਨੂੰ, ਕਹਿੰਦਾ ਚੌੜਾ ਕਰਨੂੰ, ਹੁਣ ਪੈਂਦੇ ਨੇ ਚਪੇੜ ਮਾਰਦੀ ਜੀ, ਬਸ ਇਹ ਤੋਂ ਗੱਲ ਵਿੱਚ ਪੇੜਾ ਮਾਰਦੇ, ਮੈਂ ਡੰਡੇ ਡੁੰਡੇ ਆ। ਵੇਖੋ ਜੀ ਸਰ, ਸਾਨੂੰ ਇਹ ਨਹੀਂ ਪਤਾ, ਸਾਨੂੰ ਇੱਥੋਂ ਆਲੇ ਦੁਆਲੇ ਕਿਸੇ ਨੇ ਕਾਲ ਕੀਤਾ, ਅਸੀਂ ਡਾਇਰੈਕਟ ਸਰ ਨੂੰ ਕਾਲ ਕੀਤਾ, ਹੁਣ ਸਾਨੂੰ ਪਤਾ ਨਹੀਂ ਕਿ ਮੌਕੇ 'ਤੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ, ਬਟ ਅਸੀਂ ਮੌਕੇ 'ਤੇ ਪਹੁੰਚੇ ਕਿ ਇਸ ਦੇ ਰਿਲੇਟਡ। ਹੁਣ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਸਰ ਪੂਰਾ ਪੈਗ ਲੱਗੇ ਹੋਏ ਜੀ ਇਹਨਾਂ ਦੇ, ਮਾਰਨੇ ਸ਼ੁਰੂ ਕਰਦੇ ਆ ਜੀ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਠੀਕ ਆ। ਗੱਲ ਕਰ ਬਾਜੀ, ਵੈਰੀਫਾਈ ਕਰੋ ਜੋ ਅਸੀਂ ਗਲਤ ਹੈਗੇ ਆ। ਮੈਂ ਖੁਦ ਹੱਥ ਜੋੜੇ ਗਲਤੀ ਮੰਨੂੰਗੀ ਵੀ ਹਾਂ ਮੇਰੀ ਗਲਤੀ ਹੈਗੀ, ਪਰ ਅੱਜ ਗਲਤੀ ਨਹੀਂ ਸੀਗੀ, ਉਹਨਾਂ ਨੇ ਬਦਤਮੀਜ਼ੀ ਕੀਤੀ ਆ, ਠੀਕ ਹੈ। ਉਹ ਮੇਰੇ ਹੀ ਮੁਲਾਜ਼ਮ ਨੇ, ਠੀਕ ਹੈ। ਮੈਂ ਉਹਨਾਂ ਦੀ ਜੂਨੀਅਰ ਆ ਇਸ ਵਕਤ ਇੱਥੇ, ਪਰ ਲੇਕਿਨ ਗਲਤੀ ਅੱਜ ਸਰ ਦੀ ਸੀ, ਠੀਕ ਹੈ। ਹੁਣ ਕਿਉਂ ਉਹਨਾਂ ਨੇ ਆਪਣੀ ਨੰਬਰ ਪਲੇਟ ਕਿਉਂ, ਨੇਮ ਪਲੇਟ ਕਿਉਂ ਲਾਤੀ ਆ? ਮੈਂ ਲਾਈ ਹੋਈ ਆ ਨੇਮ ਪਲੇਟ, ਪ੍ਰੋਪਰਲੀ ਵੈਰੀਫਾਈ। ਕੋਈ ਨਹੀਂ ਜੀ, ਕੋਈ ਨਾ ਕੋਈ ਨਾ ਕੋਈ ਨਹੀਂ, ਮੇਰੀ ਬੰਕਰ ਵਾਲੀ ਕੋਈ ਨਹੀਂ, ਛੱਡੋ ਹੱਥੋਂ ਪਾਈ ਸਰ, ਹੱਥੋਂ ਆਹੋ ਮੈਂ 10 ਜਣਿਆਂ ਦਾ ਹੱਥੋਂ ਪਾਈ ਦੂੰਗਾ ਨਾ, ਹੱਥੋਂ ਪਾਈ ਸਰ, 6 ਬੰਦਿਆਂ ਦੇ ਨਾਲ, 7 ਬੰਦਿਆਂ ਨਾਲ ਕਿੰਨਾ ਕਲਾ ਹੋਇਆ ਨੇ ਮੈਨੂੰ, ਮੇਰੀ ਲੱਤੀ ਆ ਕਿਉਂ ਲੱਤੀ ਆ? ਅੱਜ ਬਦਲ ਸਰ ਕੀ ਮਾਮਲਾ ਹੋਇਆ, ਕੀ ਹੋਇਆ ਅੱਜ ਸਾਰਾ? ਮੈਂ ਰੁਕ ਮੁਲਾਜ਼ਮ ਮੇਰੇ ਰੁਕਿਆ ਸੀ, ਹਾਂਜੀ, ਉਹਨਾਂ ਵੱਲੋਂ ਮਿਸ ਬਿਹੇਵ ਕੀਤਾ ਉਹਨਾਂ ਨੇ, ਮਿਸ ਬਿਹੇਵ ਕਰ ਲਾਂਗੇ ਸਰ ਅਸੀਂ ਤੁਹਾਡੇ, ਹਾਂਜੀ, ਝੂਠ ਨਾ ਬੋਲੋ ਸਰ, ਜੋ ਸੱਚਾਈ ਸਰ ਕੀ ਹੋਇਆ ਪੂਰੇ, ਤੁਸੀਂ ਪੂਰਾ ਦੱਸੋ, ਕੋਈ ਦਿੱਕਤ ਨਹੀਂ? ਮਿਸ ਬਿਹੇਵ ਮੈਡਮ ਤੁਹਾਡੇ ਹਸਬੰਡ ਨੇ ਕੀਤਾ, ਜਿਹੜਾ ਤੁਸੀਂ ਕਹਿੰਦੇ ਹਸਬੰਡ ਨੇ ਕੀਤਾ, ਤਾਂ ਹੀ ਤੇ ਮੈਂ ਆਪਣੀ ਦੇਵ ਕੋਲ ਕੀ ਤੇ ਬੋਲਿਆ, ਤੋ ਤੁਸੀਂ ਕੀ ਬੋਲੇ ਸੀ ਆ ਕੇ? ਇਹਨਾਂ ਨੂੰ ਰੋਕਿਆ ਜੀ, ਹਾਂਜੀ ਸਰ, ਠੀਕ ਹੈ ਜੀ, ਹਾਂਜੀ, ਇਹ ਆ ਕੇ ਜਦੋਂ ਸਾਈਡ ਦੇ ਉੱਤੇ ਸਰ ਹੁਣ ਕਹਿੰਦੇ ਵੀ ਚੈੱਕ ਕਰੋ, ਠੀਕ ਹੈ, ਇਹ ਬਾਹਰ ਆਏ ਆ, ਆਪਾਂ ਇਹਨਾਂ ਨੂੰ ਪੁੱਛਿਆ ਵੀ ਹਾਂਜੀ ਸਰ ਤੁਸੀਂ ਕਿਧਰੋਂ ਡਿਊਟੀ ਆਫ ਕਰਕੇ ਆਏ ਹੋ? ਠੀਕ ਹੈ ਜੀ, ਠੀਕ ਹੈ ਜੀ, ਤੇ ਇਹ ਆਪਣੇ ਸਖਰਾਜ ਜੀ ਹੁਣੀ ਬਾਹਰ ਨਿਕਲੇ, ਹਾਂਜੀ, ਅਸੀਂ ਕਹਿੰਦੇ ਜੀ ਮਾਤਾ ਜੀ ਉਹਨਾਂ ਨੂੰ ਛੱਡ ਕੇ ਆਏ ਆ ਅੰਮ੍ਰਿਤਸਰ, ਠੀਕ ਹੈ ਜੀ, ਅੰਮ੍ਰਿਤਸਰ ਅਸੀਂ ਛੱਡ ਕੇ ਆਏ ਆ, ਤੇ ਇੱਧਰ ਅਸੀਂ ਖਾਣਾ ਲੈਣ ਆ ਰਹੇ ਸੀਗੇ ਸਰ, ਉਹਨਾਂ ਨੇ ਪੁੱਛਿਆ ਵੀ ਇਧਰੋਂ ਕਿਹੜਾ ਅੰਮ੍ਰਿਤਸਰ ਦਾ ਰੋਡ ਆ ਵੀ ਜਿਹੜਾ ਤੁਸੀਂ ਅੰਮ੍ਰਿਤਸਰੋਂ ਛੱਡ ਕੇ ਆਏ ਆ? ਠੀਕ ਹੈ ਜੀ, ਠੀਕ ਹੈ ਜੀ, ਇਹ ਬਾਹਰ ਹੋ ਕੇ ਬਾਹਰ ਨਿਕਲ ਕੇ ਤੇ ਬੋਲਣ ਲੱਗ ਪਏ, ਕਹਿੰਦੇ ਜੀ ਅਸੀਂ ਅੰਮ੍ਰਿਤਸਰ ਆਏ ਆ, ਅਸੀਂ ਰੋਟੀ ਖਾਣ ਚੱਲੇ, ਮਤਲਬ ਇਹਦੇ ਬਿਆਨ ਇਧਰ ਉਧਰ ਹੋਣੇ ਸ਼ੁਰੂ ਹੋ ਗਏ, ਠੀਕ ਆ। ਉਹ ਸਰ ਉਹਨਾਂ ਨੂੰ ਲੱਗਾ ਕਿ ਬਈ ਇਹ ਡਾਊਟਫੁਲ ਬੰਦੇ ਆ, ਬਈ ਸਾਨੂੰ ਵੈਰੀਫਾਈ ਕਰਨੇ ਚਾਹੀਦੇ ਆ, ਠੀਕ ਆ ਸਰ। ਇਹਨਾਂ ਨੇ ਮੁੜ ਕੇ ਉਹਨਾਂ ਦਾ ਆਈ ਕਾਰਡ ਮੰਗਿਆ ਵਾ, ਇਹ ਕਹਿੰਦੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣਾ ਆਈ ਕਾਰਡ ਦਿਖਾਓ ਵੀ ਤੁਸੀਂ ਮੁਲਾਜ਼ਮ ਹੋ, ਇਹ ਅੱਗੋਂ ਉਲਟਾ ਕਹਿੰਦਾ, ਕਹਿੰਦਾ ਜੀ ਮੈਂ ਆਪਣਾ ਆਈ ਕਾਰਡ ਨਹੀਂ ਦਿਖਾਣਾ, ਪਹਿਲਾਂ ਮੈਨੂੰ ਤੁਸੀਂ ਆਪਣਾ ਆਈ ਕਾਰਡ ਦਿਖਾਓ ਵੀ
आई कार्ड मंगया वा असि वेरीफाई करना चाहते सी असि इहनू आई कार्ड मंगया इहने अपना आई कार्ड नहीं दिखाया ए उल्टा सानू कहिंदा सीगा भई आई कार्ड तुसी अपना दिखाओ ठीक है जी इन्ने दे विच ए फिर वातावा बोलन लग पिया मैं इहनू कहा मैं कहा इंचार्ज साहब आ ध्यान नाल गल कर कहिंदा इंचार्ज साहब आ ते कहिंदा तुसी इदां ही करी जाओगे उदां ही करी जाओगे असि मुलाजम भरा वा तुसी क्यों आ तुसी उदां आ उदां वा ठीक है जी इन्ने गल दे विच इह आ के फिर बोलन लग पिया उच्चा बोलन होण लग पिया फिर कहिंदे जी इहदे हत्था पाई हो गई आ खुद मनिया वा के मैं जियो रैंक दे बंदे नाल इदां इदां गल कर रहा वा ठीक है ना कोई भी जियो रैंक दा बंदा इदां गल कर जियो रैंक दा सर मेरी गल सुन जियो रैंक दा हुंदा चपेड़ा मारदे होणा ओह चंगी गल है पहली गल तुहाडी गलत इंटेंशन सी कि मैं इहदी गर्लफ्रेंड आ ठीक है मैनूं सर पता वा मैं भी मुलाजम आ 9 साल शराब किने पीती आ शराब पीती कि जनाब ने पीती आ शराब पीती माया करवाई कोई गल ही नहीं एवे गल करी जानी यार इंटेंशन भी कोई गल नहीं सखराज तैनूं एक वार भी पुछिया कि मैडम कौन आ एक वार भी पुछिया मेरी गल सुन तू गल की पुछिया तू चपेड़ा मारन डया वे यार किदां गल लग रही जांदे यार तैनूं एक वार भी पुछिया मैडम तेरा आई कार्ड मंगया आई कार्ड सारा काम छुत्र पटोला करके फिर मंगया तू वीरे यार तू जोन बनाउणा बना ला यार गल खत्म कर ठीक है जो तू करना तू कर लिया ठीक है कोई चक्कर नहीं।